ਮਿੰਟੋ ਜੇ ਕਿੰਨੇ ਕਰਪਸ਼ਨ ਲਿਖ ਹੁੰਦੀ ਹੈਗੀ ਕਰਪਸ਼ਨ ਐਕਸਪ੍ਰੈਸ ਜਿਹੜੇ ਐ ਜਾਂਦੀ ਹੈ ਸ਼ੂਕ ਦੀ ਉਹ ਚੱਲੀ ਮੋਹੱਲੀ ਤੋਂ ਚੱਲੀ ਮਕੇਰੀਆ ਮਾਨਸਾ ਹੋ ਕੇ ਹੁਣ ਲੁਧਿਆਣੇ ਵਾਲੇ ਪਾਸੇ ਆ ਗਈ ਸੁਬਰਾਮਣੀਅਮ ਤੇ ਪਰਚਾ ਹੋ ਗਿਆ ਬਾਲਾ ਸੁਬਰਾਮਣੀਅਮ ਜਿਹੜਾ ਕਿ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਸੀਗਾ ਜੀ 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 ਉਹਦਾ ਪੀਏ ਫੜਿਆ ਗਿਆ ਪੀਏ ਵੀ ਉਹਦਾ ਬੜਾ ਘੈਂਟ ਆ ਉਹ ਪੀਏ ਇਸ ਤਰ੍ਹਾਂ ਦਾ ਪੀਏ ਆ ਉਹਦੀ ਕੁਆਲਿਫਿਕੇਸ਼ਨ ਪਤਾ ਨਹੀਂ ਕਿਹੜੀ ਆ ਕਿ ਚਾਹੇ ਕੋਈ ਅਫਸਰ ਆ ਜਾਵੇ ਅੱਛਾ ਜੀ ਉਹ ਚੇਅਰ ਤੇ ਆ ਕੇ ਚਾਹੇ ਕੋਈ ਪੋਲੀਟੀਸ਼ੀਅਨ ਬੈਠ ਜਾਵੇ ਉਹ ਪੀਏ ਦਾ ਪੀਏ ਹੀ ਰਹਿੰਦਾ ਅੱਛਾ ਪੱਕਾ ਹੀ ਪੀਏ ਹੈ ਮਤਲਬ ਕਿ ਐ ਪੱਕਾ ਕਿ ਐ ਕਹ ਲੋ ਕਿ ਬਸ ਜਿਵੇਂ ਲੌਕ ਟਾਈਲ ਨਹੀਂ ਲੱਗ ਜਾਂਦੀ ਉਹ ਹੀ ਹੈ ਅੱਗੇ ਤਾਂ ਕਹਿੰਦੇ ਨੇ ਇਟਰ ਦਾ ਹੁਣ ਇੰਟਰਲੌਕ ਟਾਈਲ ਆ ਗਈ ਆਪਸ ਦੇ ਵਿੱਚ ਜਿਹੜੀ ਜੁੜੀ ਜਾਂਦੀ ਆ ਉਹ ਪੀਏ ਜਿਵੇਂ ਪੁਰਾਣੇ ਜ਼ਮਾਨੇ ਚ ਨਾ ਦਾਜ ਦੇ ਵਿੱਚ ਲਾੜੀ ਦੇ ਨਾਲ ਹੀ ਨਿੰਮ ਦਾ ਸਦੂਖ ਜਾਂਦਾ ਸੀਗਾ ਨਾ ਬਸ ਉਹ ਪੀਏ ਬਣਿਆ ਬਣਾਈ ਮਿਲ ਜਾਂਦਾ ਸੀ ਅਗਲੇ ਨੂੰ ਮਤਲਬ ਪੀਏ ਪੱਕਾ ਹੈ ਅਜੀ ਅਜੀ ਪੀਏ ਦਾ ਤਾਂ ਅੱਜਕੱਲ ਆਰਥੀ ਪੰਜਾਬੀਆਂ ਨੇ ਹੋਰ ਬਣਾ ਰੱਖਿਆ ਕਿ ਸਵੇਰੇ ਸਾਰਾ ਦਿਨ ਲੱਗਣਾ ਤੇ ਸ਼ਾਮ ਨੂੰ ਜਿਗਾਰਡ ਕਰਕੇ ਕਹਿਣਾ ਕਿ ਆ ਜਾ ਪੀਏ ਤਿੰਨ ਚੁੱਕਾ ਜਿਗਾਰਡ ਬਣਾ ਲੈਣਾ ਤੇ ਪੀਏ ਦੀ ਵੀ ਆਖਿਆ ਹੀ ਗਲਤ ਹੋਈ ਪਈ ਆ ਤਾਂ ਇਹਨਾਂ ਨੇ ਹੁਣ ਜਿਹੜਾ ਉੱਥੇ ਕੀਤਾ ਸਭ ਨੂੰ ਪਤਾ ਹੀ ਲੱਗ ਗਿਆ ਹੁਣ ਵੈਸੇ ਤੇ ਕਿ ਜਿਹੜੇ ਪਲਾਟ ਹੁੰਦੇ ਅਸਲ ਦੇ ਵਿੱਚ ਕੀ ਹੈ ਕਿ ਜਿਵੇਂ ਉਹਨਾਂ ਨੂੰ ਕਹ ਦਿੰਦੇ ਲੋਕਲ ਡਿਸਪਲੇਸਡ ਪਰਸਨ ਜੀ ਡਿਸਪਲੇਸਡ ਪਰਸਨ ਦਾ ਪਾਵ ਕੀ ਆ ਕੁਝ ਅੰਗਰੇਜ਼ੀ ਸ਼ਬਦ ਜਿਹੜੇ ਆਪ ਸਾਡੀ ਪਕੜ ਚ ਕਈ ਵਾਰ ਘਟ ਆਉਂਦੇ ਆ ਫਰਜ਼ ਕਰੋ ਕਿ ਜ਼ਮੀਨ ਐਕਵਾਇਰ ਹੋਈ ਹੈ ਕਿਸੇ ਦੀ ਜਦੋਂ ਜ਼ਮੀਨ ਐਕਵਾਇਰ ਹੋ ਗਈ ਤਾਂ ਆਪਾਂ ਕਹਿੰਦੇ ਨਹੀਂ ਕਿ ਭਾਈ ਮੁੜ ਵਸੇਵਾ ਕਿਸੇ ਵਾਸਤੇ ਮੁੜ ਵਸੇਵਾ ਜਿਹੜਾ ਉਹ ਰਾਸ਼ੀ ਵੀ ਵਧਾ ਕੇ ਦਿੱਤੀ ਜਾਂਦੀ ਹੈ ਜ਼ਮੀਨ ਦਾ ਜਿਹੜਾ ਰੇਟ ਹੁੰਦਾ ਆਮ ਬਾਜ਼ਾਰੂ ਰੇਟ ਦੇ ਨਾਲੋਂ ਕੁਝ ਪੈਸਾ ਜਿਹੜਾ ਉਹਨਾਂ ਨੂੰ ਮਾਫਜ਼ੇ ਦੇ ਰੂਪ ਦੇ ਵਿੱਚ ਵੱਧ ਮਿਲਦਾ ਹੈ ਜੀ ਇਹਨਾਂ ਨੇ ਕੀ ਕੀਤਾ ਕਿ ਉਸ ਕੋਟੇ ਦੇ ਜਿਹੜੇ ਪਲਾਟ ਸੀਗੇ ਹਾਲਾਂਕਿ ਜਿਹਦੇ ਵਿੱਚ ਅਲਾਟੀ ਵੀ ਮਰ ਚੁੱਕੇ ਸੀਗੇ ਜੀ ਮਤਲਬ ਕਿ ਜਿਨ੍ਹਾਂ ਦੀ ਕੀਮਤ 5-5 ਕਰੋੜ ਤੱਕ ਵੀ ਸੀਗੀ ਜੀ ਤਾਂ ਉਹ ਇਹਨਾਂ ਨੇ ਫਿਰ ਕਹ ਲੋ ਕਿ ਜਿਹੜੇ ਬੰਦੇ ਬੈਨੇਫਿਸ਼ੀਅਰੀ ਹੈ ਹੀ ਨਹੀਂ ਸੀਗੇ ਲਾਭਪਾਤਰੀ ਹੈ ਨਹੀਂ ਸੀਗੇ ਉਹਨਾਂ ਨੂੰ ਕਾਲਾ ਮਾਲਾ ਕਰਕੇ ਦੇ ਦਿੱਤੇ ਮਤਲਬ ਕਿ ਜਾਲੀ ਦਾ ਵਿਕਰੀ ਕਰ ਦਿੱਤੀ ਜਿਹੜੇ ਦੋਸ਼ ਨੇ ਹੁਣ ਦੇਖੋ ਇੱਕ ਅਥਰਤ ਦੋਸ਼ ਨੇ ਇਹਦੇ ਵਿੱਚ ਇਹ ਨਾ ਸਮਝਿਆ ਜਾਏ ਕਿ ਕੋਈ ਫਲਾਣਾ ਦੋਸ਼ੀ ਸਾਬਤ ਹੋ ਗਿਆ ਜੀ ਠਮਕਾਣਾ ਦੋਸ਼ੀ ਸਾਬਤ ਹੋ ਗਿਆ ਪਰ ਇਹ ਜਿੱਦਾਂ ਹੁਣ ਐਂਟੀ ਐਕਸਪ੍ਰੈਸ ਕਹੂੰਗਾ ਮੈਂ ਜਿਹੜੀ ਕਰਪਸ਼ਨ ਦੇ ਖਿਲਾਫ ਕਿ ਘੁੰਮਦੀ 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 ਲੁਧਿਆਣੇ ਆਵੜੀ ਹੈ ਜਿੱਥੋਂ ਦੀ ਅੱਗੇ ਗੱਲ ਕੀਤੀ ਆਪਾਂ ਪਰ ਕੁਝ ਅੰਦਾਜ਼ੇ ਲੱਗ ਰਹੇ ਆ ਕਿ ਫਲਾਣਾ ਹੋਏਗਾ ਫਲਾਣਾ ਹੋਏਗਾ ਕੋਈ ਮਾਝੇ ਦੇ ਵਾਰ ਮੈਂ ਤਾਂ ਤੁਹਾਨੂੰ ਹਿੰਟ ਦੇ ਗਿਆ ਸੀਗਾ ਕਿ ਅਕਾਲੀ ਅਕਾਲੀ ਸਰਕਾਰ ਵੇਲੇ ਤਾਂ ਖੈਰ ਹੁਣ ਉੱਥੇ ਲੁਧਿਆਣੇ ਦੇ ਵਿੱਚ ਜਿਹੜਾ ਇਹ ਮਾਮਲਾ ਨਿਕਲਿਆ ਵੇਖਣ ਨੂੰ ਸਧਾਰਨ ਮਾਮਲਾ ਲੱਗਦਾ ਇਹਦੇ ਵਿੱਚ ਹੋਇਆ ਕੀ ਸੀਗਾ ਕਿ ਇੱਕ ਬੀਬੀ ਨੂੰ ਪਹਿਲਾਂ ਫੜਿਆ ਇਹਨਾਂ ਨੇ 10000 ਰਿਸ਼ਵਤ ਦੇ ਵਿੱਚ ਇਹੋ ਆ ਪਿਛਲੇ ਦਿਨੀ ਹੁਣ ਉਹਦਾ ਹਸਬੰਡ ਵੀ ਭੱਜਿਆ ਫਿਰਦਾ ਕਿ ਉਹਨੂੰ ਐਂਟੀਸੀਪੇਟਰੀ ਬੇਲ ਮਿਲ ਜਾਵੇ ਜੀ ਇਸ ਤੋਂ ਇਲਾਵਾ ਜਿਹੜੀ ਅਗਲੀ ਗੱਲ ਆ ਭਾਰਤ ਪੋਸ਼ਣ ਆਸ਼ੂ ਵੀ ਭੱਜਾ ਫਿਰਦਾ ਹੈ ਜਿਹੜਾ ਬਾਲਾ ਸੁਬਰਾਮਣੀਅਮ ਆ ਇਹ ਆਸ਼ੂ ਦੇ ਕੋਟੇ ਦਾ ਹੀ ਬੰਦਾ ਸੀਗਾ ਚੇਅਰਮੈਨ ਅਸਲ ਕਹਾਣੀ ਇਹ ਆ ਅਸਲ ਕਹਾਣੀ ਇਹ ਆ ਕਿ ਆਮ ਆਦਮੀ ਪਾਰਟੀ ਵਾਲੇ ਨਾ ਜਿਹੜੇ ਵੈਸੇ ਜੋ ਮਰਜ਼ੀ ਆ ਕਰਪਸ਼ਨ ਵਾਲੇ ਮਾਮਲੇ ਦੇ ਵਿੱਚ ਤਾਂ ਨਾ ਕੁਝ ਇੱਕ ਕਰੜੇ ਹੱਥ ਪਾਉਂਦੇ ਆ